ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤਿਪਾਲਣ ਲਾਖਾ, ਕਰੀ ਤੇਰਾ ਕਰਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਪੋਕਸਮੈਨ ਟੀਵੀ 'ਤੇ ਆਪਣਾ ਸਭ ਸੰਗਤਾਂ ਦਾ ਸਵਾਗਤ ਹੈ। ਦਸਾਂ ਪਾਤਸ਼ਾਹੀਆਂ ਵਿੱਚੋਂ ਸੱਤਵੀਂ ਇਲਾਹੀ ਜੋਤ ਸਨ ਕੋਮਲਤਾ ਅਤੇ ਸ਼ਕਤੀ ਦੇ ਮਾਲਕ ਸ਼੍ਰੀ ਗੁਰੂ ਹਰ ਰਾਏ ਜੀ। ਸ਼੍ਰੀ ਗੁਰੂ ਹਰ ਰਾਏ ਜੀ ਦੇ ਜੇਕਰ ਸਮੁੱਚੇ ਜੀਵਨ ਨੂੰ ਦੋ ਸ਼ਬਦਾਂ ਵਿੱਚ ਬਿਆਨਣਾ ਹੋਵੇ ਤਾਂ ਅਸੀਂ ਕਹਾਂਗੇ ਸ਼੍ਰੀ ਗੁਰੂ ਹਰ ਰਾਏ ਜੀ ਨਿਰਭਉ ਅਤੇ ਨਿਰਵੈਰ ਸਨ। ਉਹਨਾਂ ਨਾ ਹੀ ਕਦੇ ਕਿਸੇ ਦਾ ਭਉ ਖਾਧਾ ਅਤੇ ਨਾ ਹੀ ਕਦੇ ਕਿਸੇ ਦੇ ਨਾਲ ਕੋਈ ਵੈਰ ਰੱਖਿਆ। ਆਓ ਅੱਜ ਸ਼੍ਰੀ ਗੁਰੂ ਹਰ ਰਾਏ ਜੀ ਦੇ ਪ੍ਰਕਾਸ਼ ਪੁਰਬ 'ਤੇ ਜਾਣਦੇ ਹਾਂ ਸ਼੍ਰੀ ਗੁਰੂ ਹਰ ਰਾਏ ਜੀ ਦੀ ਅਦੁੱਤੀ ਸ਼ਖਸੀਅਤ ਦੇ ਬਾਰੇ ਵਿੱਚ। ਹੱਕ ਪਰਵਰ ਹੱਕ ਕੇਸ਼ ਗੁਰੂ ਕਰਤਾ ਹਰ ਰਾਏ, ਸੁਲਤਾਨ ਹਮ ਦਰਵੇਸ਼ ਗੁਰੂ ਕਰਤਾ ਹਰ ਰਾਏ, ਫਾਇਆ ਜੂਲ ਦਾ ਰੇਨ ਗੁਰੂ ਕਰਤਾ ਹਰ ਰਾਏ, ਸਰਵਰ ਕੌਨਨ ਗੁਰੂ ਕਰਤਾ ਹਰ ਰਾਏ। ਸੁਲਤਾਨ ਅਤੇ ਦਰਵੇਸ਼ ਸ਼੍ਰੀ ਗੁਰੂ ਹਰ ਰਾਏ ਜੀ ਦਇਆ ਅਤੇ ਦ੍ਰਿੜਤਾ ਸਹਿਜ ਵਰਗੇ ਮਹਾਨ ਗੁਣਾਂ ਦੇ ਧਾਰਨੀ ਸਨ। ਸ਼੍ਰੀ ਗੁਰੂ ਹਰ ਰਾਏ ਜੀ ਦਾ ਪ੍ਰਕਾਸ਼ 17 ਮਾਘ 1630 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਮਾਤਾ ਨਿਹਾਲ ਕੌਰ ਦੀ ਕੁੱਖੋਂ ਕੀਰਤਪੁਰ ਸਾਹਿਬ ਵਿਖੇ ਹੋਇਆ, ਜਿੱਥੇ ਹੁਣ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਸੁਸ਼ੋਭਿਤ ਹੈ। ਸ਼੍ਰੀ ਗੁਰੂ ਹਰ ਰਾਏ ਜੀ ਦਾ ਬਚਪਨ ਆਪਣੇ ਦਾਦਾ ਅਤੇ ਸਿੱਖਾਂ ਦੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਨਿਗਰਾਨੀ ਵਿੱਚ ਬੀਤਿਆ। ਆਪ ਜੀ ਨੇ ਦਾਦਾ ਗੁਰੂ ਜੀ ਦੀ ਸਰਪ੍ਰਸਤੀ ਹੇਠ ਗੁਰਬਾਣੀ ਅਤੇ ਗੁਰੂ ਇਤਿਹਾਸ ਦੀ ਸਿੱਖਿਆ ਪ੍ਰਾਪਤ ਕੀਤੀ। ਬਾਲਕ ਹਰ ਰਾਏ ਜੀ ਹਮੇਸ਼ਾ ਸ਼ਾਂਤੀ ਸਰੂਪ ਵਿੱਚ ਰਹੇ। ਆਪ ਜੀ ਦੀ ਕੋਮਲਤਾ ਅਤੇ ਸ਼ਾਂਤੀ ਦੀਆਂ ਸਾਖੀਆਂ ਬਹੁਤ ਪ੍ਰਸਿੱਧ ਹਨ। ਇੱਕ ਵਾਰ ਬਾਲਕ ਹਰ ਰਾਏ ਜੀ ਬਾਗ ਵਿੱਚ ਸੈਰ ਕਰ ਰਹੇ ਸਨ। ਅਚਾਨਕ ਇੱਕ ਖਿੜਿਆ ਹੋਇਆ ਫੁੱਲ ਆਪ ਜੀ ਦੇ ਜਾਮੇ ਨਾਲ ਅੜ ਕੇ ਜ਼ਮੀਨ 'ਤੇ ਡਿੱਗ ਗਿਆ। ਆਪ ਇਸ ਟੁੱਟੇ ਹੋਏ ਫੁੱਲ ਨੂੰ ਦੇਖ ਕੇ ਵੈਰਾਗ ਵਿੱਚ ਆਏ ਅਤੇ ਫੁੱਲ ਨੂੰ ਚੁੱਕ ਕੇ ਦੁਬਾਰਾ ਟਾਹਣੀ ਨਾਲ ਜੋੜਨ ਦੀ ਕੋਸ਼ਿਸ਼ ਕਰਨ ਲੱਗੇ, ਪਰ ਟਾਹਣੀ ਅਤੇ ਫੁੱਲ ਦਾ ਟੁੱਟਾ ਸੰਬੰਧ ਨਾ ਜੁੜਦਾ ਤੱਕ ਕੇ ਆਪ ਦੇ ਅੰਦਰ ਬਹੁਤ ਰੋਸ ਪ੍ਰਗਟ ਹੋਇਆ। ਦਾਦਾ ਗੁਰੂ ਜੀ ਨੇ ਆਪ ਨੂੰ ਇਸ ਤਰ੍ਹਾਂ ਚਿੰਤਿਤ ਦੇਖ ਕੇ ਬਚਨ ਕੀਤਾ ਕਿ ਜਦੋਂ ਵਾਹਿਗੁਰੂ ਇਤਨਾ ਵੱਡਾ ਜਾਮਾ ਬਖਸ਼ੇ ਤਾਂ ਉਸ ਨੂੰ ਸੰਭਾਲ ਕੇ ਚੱਲਣਾ ਚਾਹੀਦਾ ਹੈ। ਇਸ ਬੁੱਝੀ ਰਮਜ ਨੂੰ ਆਪ ਜੀ ਨੇ ਸਮਝ ਲਿਆ ਅਤੇ ਅੰਤ ਤੱਕ ਨਿਭਾਇਆ। ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਦੇ ਲਈ ਆਪਣੇ ਪੁੱਤਰਾਂ, ਸਿੱਖਾਂ ਅਤੇ ਪੋਤਰਿਆਂ ਵਿੱਚੋਂ ਹਰ ਰਾਏ ਜੀ ਨੂੰ ਯੋਗ ਸਮਝਿਆ। ਆਪ ਜੀ ਨੂੰ 14 ਸਾਲ ਦੀ ਉਮਰ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਗੁਰਿਆਈ ਸੌਂਪ ਦਿੱਤੀ। ਆਪ ਜੀ ਦਾ ਗੁਰਿਆਈ ਤਿਲਕ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਭਾਨਾ ਜੀ ਨੇ ਕੀਤਾ। ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦਿਆਂ ਹੀ ਆਪ ਜੀ ਨੇ ਅਨੁਭਵ ਕਰ ਲਿਆ ਕਿ ਗੁਰੂ ਨਾਨਕ ਸਾਹਿਬ ਦਾ ਸਰਬ ਸਾਂਝੀ ਵਾਲਤਾ ਦਾ ਸੁਨੇਹਾ ਘਰ ਘਰ ਪਹੁੰਚਾਉਣਾ ਹੈ। ਉਹਨਾਂ ਪੰਜਾਬ ਤੋਂ ਬਾਹਰ ਗੁਰਸਿੱਖੀ ਦੇ ਪ੍ਰਚਾਰ ਲਈ ਭਰਪੂਰ ਯਤਨ ਕੀਤੇ। ਆਪ ਜੀ ਨੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਗਰੀਬਾਂ, ਅਨਾਥਾਂ ਅਤੇ ਲੋੜਵੰਦਾਂ ਲਈ ਲੰਗਰ ਚਲਾਏ ਜਾਣ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਦੇ ਆਦੇਸ਼ ਅੰਦਰ ਵੰਡ ਛਕਣ ਦੀ ਰੀਤ ਨੂੰ ਸਦਾ ਪ੍ਰਚਲਿਤ ਰੱਖਿਆ ਜਾ ਸਕੇ। ਜਿੱਥੇ ਆਪ ਨੇ ਲੋੜਵੰਦਾਂ, ਗਰੀਬਾਂ ਅਤੇ ਅਨਾਥਾਂ ਦੇ ਲਈ ਗੁਰੂ ਕੇ ਲੰਗਰ ਚਲਾਏ ਅਤੇ ਨਾਮਦਾਰੂ ਦੇ ਕੇ ਉਹਨਾਂ ਨੂੰ ਆਰੋਗ ਕੀਤਾ, ਉਸ ਦੇ ਨਾਲ ਹੀ ਆਪ ਨੇ ਇਨਸਾਨਾਂ ਦੇ ਰੋਗੀ ਸਰੀਰਾਂ ਦੇ ਰੋਗ ਮਿਟਾਉਣ ਦੇ ਲਈ ਇੱਕ ਬਹੁਤ ਵੱਡਾ ਦਵਾਖਾਨਾ ਖੋਲ੍ਹਿਆ, ਜਿੱਥੇ ਬੜੀਆਂ ਕੀਮਤੀ ਅਤੇ ਦੁਰਲੱਭ ਦਵਾਈਆਂ ਮੁਫਤ ਗਰੀਬਾਂ ਨੂੰ ਦਿੱਤੀਆਂ ਜਾਂਦੀਆਂ ਸਨ। ਦਿੱਲੀ ਦੇ ਬਾਦਸ਼ਾਹ ਸ਼ਾਹਜਹਾਂ ਦੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਵਿਰੋਧੀਆਂ ਵੱਲੋਂ ਧੋਖੇ ਨਾਲ ਰਾਜ ਗੱਦੀ ਦੀ ਲਾਲਸ਼ਾ ਅਧੀਨ ਖਾਣੇ ਵਿੱਚ ਸ਼ੇਰ ਦੀ ਮੁੱਛ ਦਾ ਵਾਲ ਖਵਾ ਦਿੱਤਾ ਗਿਆ, ਜਿਸ ਨਾਲ ਉਹ ਬਿਮਾਰ ਹੋ ਗਿਆ। ਵੈਦਾਂ ਅਤੇ ਹਕੀਮਾਂ ਨੇ ਇਸ ਦੇ ਇਲਾਜ ਲਈ ਇੱਕ ਖਾਸ ਕਿਸਮ ਦੇ ਵਜ਼ਨ ਦੇ ਲੌਂਗ, ਹਰੜਾ ਦੇ ਗਜਮੋਤੀ ਅਤੇ ਦਵਾਈਆਂ ਤਜਵੀਜ਼ ਕੀਤੀਆਂ। ਮੁਗਲ ਬਾਦਸ਼ਾਹ ਨੇ ਸਾਰੇ ਦੇਸ਼ਾਂ ਵਿੱਚੋਂ ਇਹਨਾਂ ਵਸਤਾਂ ਦਾ ਪਤਾ ਕਰਵਾਇਆ, ਪਰ ਇਹ ਚੀਜ਼ਾਂ ਕੇਵਲ ਗੁਰੂ ਘਰ ਦੇ ਸਫਾਖਾਨੇ ਤੋਂ ਹੀ ਮਿਲਦੀਆਂ ਸਨ। ਦਾਰਾ ਸ਼ਿਕੋਹ ਨੇ ਇੱਥੋਂ ਆ ਕੇ ਗੁਰੂ ਪਾਤਸ਼ਾਹ ਦੇ ਦਵਾਖਾਨੇ ਤੋਂ ਦਵਾਈ ਖਾਧੀ ਤਾਂ ਉਸ ਦੇ ਨਾਲ ਉਹ ਰਾਜ਼ੀ ਹੋ ਗਿਆ, ਜਿਸ ਤੋਂ ਬਾਅਦ ਉਸਨੇ ਕੀਰਤਪੁਰ ਸਾਹਿਬ ਪਹੁੰਚ ਕੇ ਗੁਰੂ ਪਾਤਸ਼ਾਹ ਜੀ ਦਾ ਧੰਨਵਾਦ ਕੀਤਾ। ਉੱਧਰ ਸ਼ਾਹਜਹਾਂ ਦੇ ਪੁੱਤਰਾਂ ਵਿੱਚ ਦਿੱਲੀ ਦੇ ਤਖ਼ਤ ਦੇ ਲਈ ਆਪਸੀ ਲੜਾਈ ਸ਼ੁਰੂ ਹੋ ਗਈ, ਜਿਸ ਦੇ ਵਿੱਚ ਦਾਰਾ ਸ਼ਿਕੋਹ ਔਰੰਗਜ਼ੇਬ ਤੋਂ ਹਾਰ ਖਾ ਗਿਆ ਅਤੇ ਲਾਹੌਰ ਵੱਲ ਨੂੰ ਚੱਲ ਪਿਆ। ਉਸ ਨੂੰ ਪਕੜਨ ਦੇ ਲਈ ਔਰੰਗਜ਼ੇਬ ਦੀ ਫੌਜ ਉਸ ਦਾ ਪਿੱਛਾ ਕਰ ਰਹੀ ਸੀ। ਅਜਿਹੇ ਦੇ ਵਿੱਚ ਦਾਰਾ ਸ਼ਿਕੋਹ ਨੇ ਸ਼੍ਰੀ ਗੁਰੂ ਹਰ ਰਾਏ ਜੀ ਪਾਸੋਂ ਮਦਦ ਦੀ ਗੁਹਾਰ ਲਗਾਈ। ਇਸ 'ਤੇ ਗੁਰੂ ਪਾਤਸ਼ਾਹ ਜੀ 2200 ਸੂਰ ਵੀਰ ਸਿਪਾਹੀਆਂ ਦੇ ਨਾਲ ਬਿਆਸ ਦਰਿਆ ਦੇ ਕੰਢੇ 'ਤੇ ਜਾ ਖਲੋਤੇ ਅਤੇ ਸਭ ਬੇੜੀਆਂ ਕਾਬੂ ਕਰ ਲਈਆਂ।
जिस दे नाल फौजां नूं एक दिन दरिया पार करन तो रोक लिया गया, जिस दे नाल दारा शिकोह सुरक्षित थां ते पहुँच गया। इस गल दा पता जदों औरंगजेब नूं लगा तां ओह अग बबूला हो गया। उधर श्री गुरु हर राय जी का वड्डा भरा धीरमल गुरता गद्दी गुरु पातशाह नूं मिलन करके उन्हां नाल खार खान लगा सी अते ओह बहुत वार गुरता गद्दी हासिल करन दीआं कोझियां चालां चल चुका सी। पर हुण धीरमल ने औरंगजेब नूं दरखास्त कीती कि कानून की सहायता नाल उसनूं उसका हक दवाया जावे। बादशाह ने श्री गुरु हर राय साहिब जी नूं दिल्ली विखे बुलाया। गुरु पातशाह जी पातशाह दे सद्दे ते आप ना गए, पर अपने वड्डे पुत्तर राम राय नूं योग जान के दिल्ली विखे भेजिया। गुरु पातशाह ने राम राय नूं सिक्ख्या दित्ती कि हर कारज समय गुरु ते भरोसा रखना है अते अंग संग समझना है। राम राय बड़ा चुस्त अते हाजर जवाब सी। गुरबाणी अते गुरु घर दी मर्यादा दी वी सुच बुझ रखता सी, पर शाही दरबार दी आओ भगत अते शानो शौकत ने उसनूं भरमा लिया। उसनूं गुरु पिता वल्लों मिली निरपौ अते निरवैर रहण दी सिक्ख्या भुल गई। हंकार वस उसने औरंगजेब बादशाह दे दरबार विच करामाता वी दिखाईयां। इन्ना ही नहीं, राम राय ने गुरु नानक पातशाह दा शब्द मिट्टी मुसलमान की नूं मिट्टी बेईमान की उचार दिता, जिस दे नाल बादशाह बहुत खुश हो गया। पर जदों इस गल दा पता सतगुरु जी नूं लगा ते उन्हां ने इस भुल लई राम राय नूं ना माफ करन दा फैसला कीता। श्री गुरु हर राय जी ने गुरबाणी दे सतकार अते गुरमत दे आदर्श तों पुत्तर प्यार नूं कुरबान कर दिता। आप जी ने फरमाया कि करामातां दिखाउण वाले अते बाणी दा अपमान करन वाले दा दर्शन वी ना कीता जावे, उस नाल किसे किस्म दा नाता ना रख्या जावे। जिसनूं अज भी गुरु के सिख मानते हैं अते किसे भी राम रईये नाल कोई सांझ नहीं रखते। दया अते दृढ़ता दी साकार मूरत श्री गुरु हर राय साहिब ने अपना अंत समा नेड़े जान के गुरता गद्दी दी महान जिम्मेवारी अपने छोटे पुत्र हर कृष्ण साहिब जी नूं योग अधिकारी जान के सौंप दित्ती। अंत श्री गुरु हर राय जी 6 कत्तक 1661 ईस्वी नूं ज्योति जोत समा गए अते गुरु पातशाह दा अंतम संस्कार पतालपुरी कीरतपुर साहिब विखे कीता गया। श्री सतगुरु हर राय के नाए त्याए अग जाए, कर पद पर प्रणाम को जहते निद सिद्ध आए। सो श्री गुरु हर राय जी दे जीवन तो समुचे संसार नूं दया अते दृढ़ता विचों जीवन मंतव नूं समझण दी प्रेरणा मिलती है। दया अते दृढ़ता वाकया ही मनुखी जीवन दे मुढले असूल हन। सानू सदा ही दया ते दृढ़ता नूं अपने हिरदे अंदर रखना चाहिदा है, तां ही असी सिक्खी दी जीवन जाच अपना सकते हाँ। आप संगतां नूं इसे तरह सिख इतिहास दे नाल जोड़दे रहन, तुसीं जुड़े रहना स्पोक्समैन टीवी दे नाल। मैनू दिओ आग्या। वाहेगुरू जी का खालसा, वाहेगुरू जी की फतेह।